ਆਊਜ਼ੂ ਬਿੱਲਾਹ ਹੀ ਮੀਨੇ ਸ਼ਹੀਦ ਵਾਨਰ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀ ਵੀ, ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ, ਮਾਸ਼ਾਅੱਲਾ 5 ਜਾਨਵਰ ਲੈ ਕੇ ਹਾਜ਼ਰ ਹੋਏ ਜੀ, 3 ਗਾਵਾਂ ਅਤੇ 2 ਮੱਝਾਂ। ਮਾਸ਼ਾਅੱਲਾ ਬੜੇ ਖੂਬਸੂਰਤ ਤੋਕੜ ਜਾਨਵਰ ਨੇ ਜੀ, ਹੀਰੇ ਨੇ ਨਾਲ ਇਹ ਬੱਚੇ ਅਤੇ ਇਹ ਕੱਟੀ। ਮਾਸ਼ਾਅੱਲਾ 5 ਜਾਨਵਰ ਜਿਹੜੇ ਨੇ ਉਹ ਇੱਕ ਇੱਕ ਕਰਕੇ ਦੋਸਤਾਂ ਨੂੰ ਵਿਖਾਵਾਂਗੇ, ਪੂਰੀਆਂ ਤਸੱਲੀਆਂ ਨਾਲ ਚਸਕੇ ਇਨਸ਼ਾਅੱਲਾ ਜਾਣਗੇ ਬੜੇ ਮੁਨਾਸਬ ਮੁੱਲ ਅਤੇ ਬਿਹਤਰੀਨ ਜਿਹੜਾ ਚੀਜ਼ਾਂ ਨੇ। ਸਭ ਤੋਂ ਪਹਿਲੇ ਮੱਝ ਵਕਤ ਤੋਂ ਸ਼ੁਰੂ ਕਰਨੇ ਹੈ ਯਾਸਿਨ, ਇਸ ਮੱਝ ਤੋਂ। ਮਾਸ਼ਾਅੱਲਾ ਜੀ, ਇਹ ਝੋਟੀ ਚੈੱਕ ਕਰਨੀ ਹੈ। ਝੋਟੀ ਕੋਲ ਮਾਸ਼ਾਅੱਲਾ ਸੱਜਣਾ ਜਿੰਨਾ ਹਵਾਨਾ ਨੀਲੀ ਦੇ, ਇਹ ਬਟਨ ਜਿਹਨੂੰ ਕਹਿੰਦੇ ਨੇ ਉਹ ਮੌਜੂਦ, ਬਟਨ ਲੱਗੇ ਹੋਏ ਹਵਾਨਿਆਂ। ਮਾਸ਼ਾਅੱਲਾ ਅੱਗੋਂ ਧੁੰਨੀ ਤੋਂ ਲੈ ਕੇ ਪਿੱਛੇ ਜਿਹੜਾ ਸੂ ਤੱਕ ਜਾ ਰਿਹਾ, ਸੋਹਣਾ ਵਿਰਲ ਥਣਾਂ ਦੇ ਵਿੱਚ। ਧੁੰਨੀ ਕੋਲ ਬਿਲਕੁਲ ਕੋਈ ਨਹੀਂ, ਦੋਵੇਂ ਅੱਖਾਂ ਸਫੈਦ, ਕੱਦ ਲੰਮੀ ਪੂਰੀ, ਹੱਡੀਆਂ ਚੈੱਕ ਕਰ ਰਹੀਆਂ ਨੇ ਮੱਝ ਦੀਆਂ। ਮੱਝ ਦੀ ਬਾਡੀ ਬੜੀ ਖੂਬਸੂਰਤ ਹੈ, ਇੱਕ ਹੱਡੀ ਅਤੇ ਚਮੜੀ ਇੰਜ ਜਿਵੇਂ ਟਿਸ਼ੂ ਮੱਝ ਕੋਲ ਆਉਂਦਾ। ਇਹਨੂੰ ਯਾਸਿਨ ਬਾਹਰ ਕੱਢੀ ਨਾ, ਇਸ ਛੋਟੀ ਨੂੰ ਕੱਢ ਲਿਆ। ਮਾਸ਼ਾਅੱਲਾ ਜੀ, ਹਵਾਨਾ ਚੈੱਕ ਕਰ ਲਓ, ਅੱਗੋਂ ਪਿੱਛੋਂ ਦੋਵਾਂ ਸਾਈਡਾਂ ਤੋਂ ਨਜ਼ਰ ਆਉਂਦਾ। ਕੱਦ ਪੂਰਾ ਲੰਮੀ, ਮੱਝ ਚੰਗੀ, ਪੂਰੀਆਂ ਬਰੀਕੀਆਂ ਦੇ ਵਿੱਚ ਖੂਬਸੂਰਤ ਹੈ ਵਾਲਾ ਜਾਨਵਰ ਹੈ। ਸੋਹਣਾ ਸਿੰਘ ਹੈ, ਗੋਲ ਖੂਬਸੂਰਤ, ਕੱਦ ਕਬਾੜਾ ਸੋਹਣਾ, ਹਵਾਨਾ ਸੋਹਣਾ। ਮਾਸ਼ਾਅੱਲਾ, ਨਾਲ ਜੀ ਇਹ ਮੱਝ ਖਲੀ ਹੈ, ਚੋਈ ਹੋਈ ਮੱਝ, ਮੱਝ ਦੇ ਪਿੱਛੇ ਕੱਟੀ ਹੈ, ਇਵੇਂ ਹੀ ਹੈ ਨਾ। ਕਿੰਨੇ ਮਹੀਨੇ ਸੂਈ? ਤਿੰਨਾਂ ਕੁ ਮਹੀਨੇ। ਇਹਨੂੰ ਵੀ ਬਾਹਰ ਲਿਆਵੇ ਨਾ, ਕੱਢ ਕੇ ਬਾਹਰ ਲਿਆ, ਇਹਨੂੰ ਬਾਹਰ ਟੋਲ ਫਿਰ ਕੇ ਵਿਖਾਈਏ। ਮਾਸ਼ਾਅੱਲਾ ਜੀ, ਚੈੱਕ ਕਰੋ ਜੀ, ਇਹਦੇ ਪਿੱਛੇ ਬੱਚਾ ਹੈਗਾ, ਜਿਹੜੀ ਪਹਿਲੇ ਵਿਖਾਈ ਉਹਦੇ ਪਿੱਛੇ ਬੱਚਾ ਕੋਈ ਨਹੀਂ ਹੈਗਾ। ਇਹ ਕੱਟੀ ਜੀ, ਇਹਦੀ ਹੈ ਵੀ ਮਾਸ਼ਾਅੱਲਾ ਪਿੱਛੇ ਕੱਟੀ, ਆਪੇ ਹਿਸਾਬ ਲਾ ਲਓ ਕੱਟੀ ਵੇਖ ਕੇ ਵੀ ਕਿੰਨੇ ਕੁ ਦਿਨਾਂ ਦੀ ਸੂਈ ਹੋਈ ਹੈ। ਕੱਟੇ 'ਤੇ ਮਿਲਦੀ, 2 ਟਾਈਮ ਮਿਲਦੀ। ਦੁੱਧ ਕਿੰਨਾ ਦਿੰਦੀ? 2 ਟਾਈਮ ਦਾ 11 ਕਿਲੋ ਦੁੱਧ ਇਸ ਮੱਝ ਕੋਲ ਮੌਜੂਦ ਹੈ, ਇਸ ਕੱਟੀ ਦੇ ਉੱਤੇ ਹੀ ਗੱਡਵੀਆਂ ਮਰਾ ਕੇ 11 ਕਿਲੋ ਜੀ। ਐਵੇਂ ਗੱਲਾਂ ਵਾਲਾ ਇੱਕ ਧੋਂਦਾ ਨਾ, ਇੱਕ ਚੋਤ ਇਹ ਹੁਣ ਜੀ ਮੱਝ ਚੋਈ ਹੋਈ ਹੈ, ਸੁਬਾਹ ਦਾ ਟਾਈਮ ਹੈ ਅਤੇ ਚੁਆਈ ਇਹਦੀ ਹੋਈ ਹੋਈ ਹੈ। ਦੁੱਧ 11 ਕਿਲੋ, ਧੁੰਨੀ ਕੋਲ ਕੋਈ ਨਹੀਂ ਗੀ। ਇਹ ਗਾਂ ਜੀ ਅੱਗੇ ਆ ਗਈ, ਇਹਦਾ ਬੱਚਾ ਕਿਹੜਾ? ਇਹਦੇ ਪਿੱਛੇ ਇਹ ਵਾਲੀ ਵੱਛੀ ਹੈ ਜੀ, ਇਸ ਗਾਂ ਦੇ ਪਿੱਛੇ। ਗਾਂ ਕੋਲ ਕੱਦ ਬੜਾ, ਲੰਮੀ ਬੜੀ ਹੈ, ਚੋਲਸਤਾਨੀ ਚੋਈ ਹੋਈ ਗਾਂ ਹੈ ਜੀ, ਸੁਬਾਹ ਚੋਲਸਤਾਨੀ ਕਰਾਸ। ਗਰਮੀ ਗੁਰਮੀ ਵਾਲਾ ਇਹਨੂੰ ਕੋਈ ਮਸਲਾ ਨਹੀਂ, ਮਾਸ਼ਾਅੱਲਾ ਪਿੱਛੇ ਚੰਗੀ ਭਲੀ, ਚੰਗੇ ਪੈਸਿਆਂ ਦੀ ਵੱਛੀ ਵੀ ਹੈਗੀ ਹੈ। ਕੋਨੀ ਹੈ ਸਿਰ ਤੋਂ, ਥਣ ਵੇਖ ਲਓ ਕਾਲਾ ਅਤੇ ਬੜਾ ਸਵਾਦੀ, ਮੋਟਾ ਖੂਬਸੂਰਤ ਥਣ ਜਿਹੜਾ ਉਹ ਇਹਨੂੰ ਲੱਗਿਆ ਹੋਇਆ। 8 ਕਿਲੋ ਦੁੱਧ, 2 ਟਾਈਮਾਂ ਦਾ 8 ਕਿਲੋ ਦੁੱਧ ਜੀ, ਨਾਲ ਹੈ ਜਿਹੜਾ ਵੱਛੀ ਹੈ ਇਹਦੇ ਪਿੱਛੇ। ਅੱਗੇ ਆ ਗਈ ਜੀ ਇਹ ਖੂਬਸੂਰਤ ਵਹਿੜ, ਇਹਨੂੰ ਥਣ ਬੜਾ ਸੋਹਣਾ, ਹਵਾਨਾ ਬੜਾ ਸੋਹਣਾ, ਇਹਦਾ ਆਹ ਵੱਛਾ ਜੀ ਆਪਣਾ ਨਾਲ ਖੜਾ ਹੋਇਆ। ਮਾਸ਼ਾਅੱਲਾ,
ਬੜਾ ਖੂਬਸੂਰਤ ਹਵਾਨਾ ਲਈ ਫਿਰਦੀ ਵੈੜ। ਇਹਦੇ ਕੋਲ ਦੁੱਧ ਕਿੰਨਾ? 8 ਕਿਲੋ ਐਸ ਵੱਛੇ ਤੇ ਮਿਲਦੀ ਹੈ, 2 ਟਾਈਮ ਚੁਆ ਕੇ ਜੀ 8 ਕਿਲੋ ਦੁੱਧ। ਇਹ ਇਹਦਾ ਬੱਚਾ, ਚੰਗਾ ਭਲਾ ਪਿੱਛੇ ਵੱਛਾ ਵੀ ਵੇਖ ਲਓ, ਛੋਟਾ ਮੋਟਾ ਨਹੀਂ ਗਾ, ਚੰਗਾ ਸੰਭਿਆ ਸੁੰਭਿਆ ਹੈਗਾ ਮਾਸ਼ਾਅੱਲਾ। ਵੈੜ ਕੋਲ ਹਵਾਨਾ ਤੇ ਥਨ ਬਹੁਤ ਖੂਬਸੂਰਤ ਤੇ ਪਿਆਰਾ। ਇੱਕ ਮਿੰਟ, ਇਹ ਵੈੜ ਜਿਹੜੀ ਯਾਸੀਨ ਲਈ ਖੜਾ ਜੀ, 5 ਮਹੀਨਿਆਂ ਦੀ ਗੱਭਣ ਨੇ, ਦੂਸਰਾ ਸੂਆ ਇਹਨੇ ਸੋਣਾ, 5 ਮਹੀਨਿਆਂ ਦੀ ਗੱਭਣ। ਇਹਦਾ ਮੁੱਲ ਕੀ? ਉਹ ਦੁੱਧ ਕੀ ਹੈ? ਦੁੱਧ ਕੋਣੀ ਜੀ? ਇਹਦੇ ਕੋਲ ਥਣ ਪਾਸ ਕਰਾਉਣ ਦੀ ਚਾਹ ਚੱਪਾ। ਬੰਦ ਯਾਸੀਨ, ਇਹਦੇ ਤੁਸੀਂ ਆਪਾਂ ਜਿਹੜਾ ਨਾ ਗੱਲਬਾਤ ਸ਼ੁਰੂ ਕਰ ਲੈਂਦੇ। ਇਹ ਜਿਹੜੀ ਆਪਾਂ ਵੈੜ ਦਿਖਾਉਂਦੇ ਪਏ ਹਾਂ, ਸਭ ਤੋਂ ਪਹਿਲੇ ਇਹਦਾ ਦੁੱਧ ਤਾਂ ਦੁੱਧ ਸਾ ਵੀ ਥਣ ਪਾਸ ਕਰਾਉਣ ਦੀ, ਦੂਸਰਾ 5 ਮਹੀਨਿਆਂ ਦੀ ਗੱਭਣ ਸ਼ਰਤੀ ਆ। ਇਹਦੇ ਮੁਹੱਬਤ ਵਾਲੇ ਪੈਸੇ ਕਿੰਨੇ ਨੇ? 1,50,000 ਦੀ, ਕਿਉਂਕਿ ਇਹਦੇ 'ਚ ਮੁਹੱਬਤ ਥੋੜ੍ਹੀ ਬਹੁਤ ਹੋ ਜਾਏਗੀ। 1,50,000 ਮੁੱਲ ਹੈ ਜੀ ਇਹਦੇ ਵਿੱਚੋਂ ਮੁਹੱਬਤ ਜਿਹੜੀ ਹੈ ਉਹ ਹੋ ਜਾਏਗੀ। ਅੱਗੇ ਆ ਗਈ ਜੀ ਇਹ ਵੈੜ ਚਿੱਟੀ, ਹਾਂ ਇਹਨੇ ਸੂਆ ਕਿੰਨਵਾਂ ਸੂਈ? ਦੂਸਰਾ ਸੂਆ ਇਹਨੇ ਹੁਣ ਸੋਣਾ, ਪਹਿਲਾ ਸੂਈ ਆ ਇਹਦਾ ਬੱਚਾ, ਠੀਕ ਹੈ। ਇਹਦੇ ਕੋਲ ਦੁੱਧ ਪੱਕਾ ਦੁੱਧ 8 ਕਿਲੋ 2 ਟਾਈਮ ਯਾਰ ਚੁਆ ਤੇ ਦਿਆਂ ਦਾ। ਅੱਛਾ ਹਾਂਜੀ, ਇਹਦਾ ਮੁੱਲ ਮੁਹੱਬਤ ਵਾਲੇ ਕਰੇ 2.5 ਲੱਖ ਮੰਗਣਾ, 2,40,000। 2,40,000 ਰੁਪਈਆ, ਠੀਕ ਹੋ ਗਿਆ ਪਿਆਰ ਮੁਹੱਬਤ। ਮਾਸ਼ਾਅੱਲਾ ਪਿੱਛੇ ਬੱਚਾ ਵੀ ਚੰਗੇ ਭਲੇ ਪੈਸਿਆਂ ਦਾ ਜੀ, ਉਹਦੇ ਸਮੇਤ ਜਿਹੜਾ ਮੁੱਲ ਫਿਰ 2,40,000 ਹੈ। ਅੱਛਾ ਅੱਗੇ ਆ ਗਈ ਇਹ ਕਾਲੀ ਗਾਂ ਵੱਡੀ, ਇਹਦੇ ਕੋਲ ਵੀ 8 ਕਿਲੋ ਦੁੱਧ ਦੱਸੇ? 2 ਟਾਈਮ ਕੋਲ ਚੋਤਰ ਜਿਵੇਂ ਗੜਵੀਆਂ ਮਾਰਤੇ ਐਵੇਂ ਤਾਂ ਨਹੀਂ 8 ਕਿਲੋ ਬਣਨਾ। ਇਹ ਬੱਚੀ, ਇਹ ਬੱਚੀ ਉਹ, ਇਹਦਾ ਮੁੱਲ ਹੀ 2,60,000 ਤੇ ਦਿਆਂਗੇ 2.5 ਲੱਖ ਦੀ। ਇਹਦਾ 2,60,000 ਤੇ 2.5 ਲੱਖ ਰੁਪਈਆ ਮੁੱਲ। ਪਿਆਰ ਮੁਹੱਬਤ ਹੈਗਾ ਇਹਦੇ 'ਚ ਵੀ? ਪਿਆਰ ਮੁਹੱਬਤ ਸਾਰੇ ਜਾਨਵਰਾਂ 'ਚ, ਸਾਰੇ ਜਾਨਵਰਾਂ 'ਚ। ਇਹ ਝੋਟੀ ਵੀ ਬ੍ਰਾਂਡ, ਇਹ ਬ੍ਰਾਂਡ ਜੀ, ਠੀਕ ਹੋ ਗਿਆ। ਇਹ ਝੋਟੀ ਕੋਲ ਦੁੱਧ ਕਿੰਨਾ? ਦੁੱਧ ਜੀ 7 ਕਿਲੋ ਗੜਵੀਆਂ ਮਾਰ ਤੇ ਜ਼ਿਆਦਾ ਚੋਰ ਹੈ ਜੀ। 7 ਕਿਲੋ ਗੜਵੀ ਮਾਰ ਕੇ ਇਹ 2 ਟਾਈਮ ਮਿਲਦੀ? 2 ਟਾਈਮ। ਕਿਵੇਂ ਮਿਲਦੀ ਹੈ? ਇੱਕ ਟਾਈਮ ਪਾੜੇ ਤੇ ਇੱਕ ਟਾਈਮ ਟੀਕੇ ਤੇ 2 ਟਾਈਮ ਮਿਲਦੀ ਹੈ, ਠੀਕ ਹੈ। 7 ਕਿਲੋ ਦੁੱਧ, ਪੈਸੇ? ਪੈਸੇ ਦਾ 2,80,000 ਤੇ 2,70,000 ਦੇ। 2,70,000 ਥੋੜ੍ਹੀ ਜਿਹੀ ਮੁਹੱਬਤ ਇਹਦੇ 'ਚ ਵੀ ਹੈ। ਗੱਬਣ ਗੁੱਬਣ ਹੈ ਕਿ ਨਹੀਂ? ਮਾਲਕ ਕਹਿੰਦੇ ਮਹੀਨੇ ਦੀ ਆਪਾਂ ਕੋਈ ਗਰੰਟੀ ਨਹੀਂ ਦਿੰਦੇ, ਆਪਾਂ ਵੇਲ ਲਈਏ। ਮਾਲਕਾਂ ਦੀ ਇਹ ਵੀ ਆਖਰ ਮਹੀਨੇ ਦੀ ਹੈ। ਅੱਗੇ ਆ ਗਈ ਜੀ ਇਹ ਮੱਝ ਕੱਟੀ ਵਾਲੀ, ਇਹਦੇ ਕੋਲ ਦੁੱਧ ਤੂੰ ਕਿਹਾ 11 ਕਿਲੋ 2 ਟਾਈਮ 3 ਟਾਈਮ ਅਗਲਾ ਚੋਥ ਲੈ ਜਾਵੇ, ਜੇ 11 ਕਿਲੋ ਦੁੱਧ ਹੋਵੇ ਅਗਲਾ ਲੈ ਜਾਵੇ, ਮੈਂ ਨਾ ਲੈ ਜਾਵੇ ਠੀਕ। ਇਹਦਾ ਮੁੱਲ ਕਿੰਨਾ? ਇਹਦਾ ਮੁੱਲ 3,40,000 ਹੈ ਤੇ 3,30,000 ਦੇ ਦਿਆਂਗੇ। 3,30,000 ਦੀ ਪਿੱਛੇ ਦੇ ਕੱਟੀ ਹੈ, ਕੱਟੀ ਹੋਵੇ ਕਿੱਡੀ? 50,000 ਦੀ ਕੋਈ ਕੱਟੀ ਛੱਡੇ ਤੇ ਛੱਡ ਜਾਵੇ, 50,000 ਦੀ ਕੋਈ ਕੱਟੀ ਛੱਡੇ ਤਾਂ ਛੱਡ ਜਾਵੇ, ਬਾਕੀ 2,80,000 ਰਹਿ ਗਿਆ ਮੁੱਲ ਯਾਰ। ਨਹੀਂ ਨਹੀਂ ਨਹੀਂ, ਸੌਦਾ ਹੋ ਗਿਆ, ਕੋਈ ਕੱਟੀ ਨਾਲ ਜਾਵੇ, ਕੱਟੀ 50,000 ਸਮਝੇ ਜੀ। ਅੱਛਾ ਅੱਛਾ, ਆ ਸੌਦੇ ਹੋਣ ਤੋਂ ਬਾਅਦ 50,000 ਦੀ ਕੱਟੀ ਸਮਝੇ ਜੀ ਤੁਹਾਨੂੰ ਦੇ ਜਾਵੇ, ਫਿਰ ਠੀਕ ਹੈ। ਕੱਟੀ ਇੱਕ ਵਾਰੀ ਫਿਰ ਵਿਖਾ ਦੇਣੇ, 3,30,000 ਮੁੱਲ ਕੀਤਾ ਜੀ, 3,30,000 ਸੌਦਾ ਜਿੰਨੇ ਦਾ ਵੀ ਹੋਏ, ਕੱਟੀ 50,000 ਦੀ ਅਸੀਂ ਰੱਖ ਲਾਂਗੇ, ਠੀਕ ਹੈ। ਹਾਂ ਜਿੱਥੇ ਸੌਦਾ ਮੁੱਕ ਜਾਵੇ ਜੀ, ਭਾਈ ਯਾਸੀਨ ਦਾ ਲਾਣ ਹੈ ਉੱਥੋਂ 50,000 ਦੀ ਉਹ ਕੱਟੀ ਆਖੇ ਵੀ ਮੈਂ ਨਹੀਂ ਲਿਜਾਂਦਾ,
ਇਹ 50,000 ਰੁਪਈਆ ਛੱਡ ਦੇਣਗੇ, ਕੱਟੀ ਜਿਹੜੀ ਏ ਉਹ ਰੱਖ ਲੈਣਗੇ, ਦੋ ਟਾਈਮ 11 ਕਿਲੋ ਦੁੱਧ ਚੋਥ ਮਾਸ਼ਾਅੱਲਾ। ਬਾਕੀ ਆ ਜਾਨਵਰ ਜੀ 5 ਤੁਹਾਨੂੰ ਦਿਖਾ ਦਿੱਤੇ ਨੇ, ਇਨਸ਼ਾਅੱਲਾ ਫਿਰ ਇੱਕ ਅੱਛੀ ਵੀਡੀਓ ਨਾਲ ਮਿਲਾਂਗੇ। ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।